पंजाब प्रदेश कांग्रेस कमेटी के प्रधान कैप्टन अमरिंदर सिंह का कहना है कि कांग्रेस पार्टी में पूरी एक जुटता है और जो दूरियां बताई जाती हैं वह मीडिया की उपज है। कैप्टन अमरिंदर सिंह पूरा प्रदेश प्रधान प्रताप सिंह बाजवा जिनका वह पिछले समय से लगातार विरोध करते आ रहे थे उनके घर कद्यान में आज खाने पर पहुंचे। वहां उनके साथ कांग्रेस पार्टी के दूसरे आला नेता भी शामिल थे। और फिर प्रताप जी ने सानू खाने थे, उन्हें बड़ी खुशी की गल है। ਅਸੀਂ ਆਏ ਹਾਂ ਇਹਨਾਂ ਦੇ ਨਾਲ ਖਾਣਾ ਆਪਣੇ ਖਾਣ ਵਾਸਤੇ ਸਾਰੇ ਇਹਨਾਂ ਨੇ ਆਪਣੇ ਬੰਦੇ ਸੱਦੇ ਨੇ ਟੋਟਲ ਯੂਨਿਟੀ ਹੈ ਦੇਰ ਇਜ਼ ਨੋ ਡਿਸਯੂਨਿਟੀ ਕਾਂਗਰਸ ਦੇ ਵਿੱਚ ਪਤਾ ਨਹੀਂ ਤੁਸੀਂ ਹਰ ਵੇਲੇ ਯੂ ਆਰ ਦ ਪੀਪਲ ਹੂ ਕ੍ਰੀਏਟ ਡਿਸਯੂਨਿਟੀ ਨੋਟ ਦੀ ਕਾਂਗਰਸ ਬਟ ਵੇਅਰ ਯੂ ਵਾਚ ਫਰੋਮ ਤੁਸੀਂ ਕੋਈ ਖੱਬੇ ਚਲੇ ਜਾਂਦਾ ਕੋਈ ਸਾਜੇ ਜਾਂਦਾ ਹੋਰ ਦੱਸੋ ਦੇਖੋ ਮੈਂ ਤੁਹਾਨੂੰ ਇੱਕ ਸਪਸ਼ਟ ਕਰਦਾ ਤੁਸੀਂ ਆਪ ਕਰੀ ਜਾਂਦੇ ਹੋ ਕੋਈ ਆਪ ਸ਼ਾਪ ਨਹੀਂ ਹੈ ਸਾਡੇ ਵਾਸਤੇ ਨਾ ਹੈਗੀ ਇਹ ਕੋਈ ਅਕਾਲੀ ਦਲ ਉਹ ਸਾਰੇ ਥੱਲੇ ਨੇ ਸਾਰੇ ਇਹੀ ਤੁਸੀਂ ਕਹਿੰਦੇ ਸੀ ਅੱਜ ਤੋਂ ਪਿਛਲੇ ਕਿੰਨੇ ਸਾਲ ਹੋ ਗਏ 2012 'ਚ ਕਿ ਜੀ ਇੱਥੇ ਦਾ ਆਪ ਇੱਥੇ ਦੂਜੀ ਪਾਰਟੀ PPP ਅੱਜ ਗਵਰਨਮੈਂਟ ਬਣਾਊਗੀ ਤੁਸੀਂ ਉਹ ਕਹਿੰਦੇ ਸੀ ਕਿੰਨੀਆਂ ਸੀਟਾਂ ਆਈਆਂ ਉਹਨਾਂ ਦੀਆਂ ਹੁਣ ਤੁਸੀਂ ਆਏ ਕਹਿ ਰਹੇ ਹੋ ਆਪ ਦੇ ਬਾਰੇ ਕਿ ਆਪ ਇਜ਼ ਸਮਥਿੰਗ ਵਟ ਇਜ਼ ਆਪ ਆਪ ਇਜ਼ ਅ ਫਨੋਮੀਨਾ ਇਫ ਯੂ ਆਰ ਏਬਲ ਟੂ ਜਿਹੜਾ ਅਸੀਂ ਉਹਨਾਂ ਦੇ ਨਾਲ ਬੱਚਿਆਂ ਨਾਲ ਗੱਲ ਕਰ ਸਕਦੇ ਹਾਂ ਔਰ ਉਹਨਾਂ ਨੂੰ ਸਮਝਾ ਸਕਦੇ ਹਾਂ ਮੈਂ ਤਾਂ ਡੇਲੀ ਕਰਦਾ ਆਈ ਐਮ ਟਾਕਿੰਗ ਟੂ ਐਵਰੀਬਾਡੀ ਇਨ ਪੰਜਾਬ ਔਨ ਦ ਫੇਸਬੁੱਕ ਐਂਡ ਲੋਕ ਉਹਦੇ ਮੇਰੇ ਨਾਲ ਸਹਿਮਤ ਹੋ ਰਹੇ ਨੇ ਇਟਸ ਅ ਕੁਐਸਚਨ ਆਫ ਐਕਸਪਲੇਨਿੰਗ ਦ ਪੋਜੀਸ਼ਨ ਕਈ ਬੱਚਿਆਂ ਨੂੰ ਨਹੀਂ ਪਤਾ ਕਈਆਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਸਾਡੀ ਕਾਂਗਰਸ ਦੀ ਗਵਰਨਮੈਂਟ ਰਹੀ ਹੈ 2007 ਤੱਕ ਉਹ ਛੋਟੇ ਛੋਟੇ ਹੁੰਦੇ ਸੀ ਉਦੋਂ ਹੁਣ ਹੋ ਗਏ ਨੇ 18-19-20 ਸਾਲ ਦੇ ਸੋ ਯੂ ਨੋ ਇਟਸ ਅ ਕੁਐਸਚਨ ਐਕਸਪਲੇਨ ਕਰਨੀ गुरदासपुर से अजार टीवी न्यूज़ के लिए बिशंबर बिट्टू की रिपोर्ट।